ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਰਾਜਸਥਾਨ ਦੀ ਧਰਤੀ ਤੇ ਪਿੰਡ ਮਹਿਰਵਾਲਾ ਹਰੀਪੁਰਾ ਦੀ ਰੋਹੀ ਦੇ ਵਿੱਚ ਖੜੇ ਹਾਂ। ਇਹ ਮਹਿਰਵਾਲਾ ਹਰੀਪੁਰਾ ਹਨੂੰਮਾਨਗੜ੍ਹ ਜੰਕਸ਼ਨ ਜ਼ਿਲ੍ਹੇ ਦੇ ਵਿੱਚ ਹੈ, ਗੰਗਾਨਗਰ ਦੇ ਨੇੜੇ, ਔਰ ਉੱਥੇ ਇਹ ਖਜ਼ੂਰਾਂ ਦਾ ਬਾਗ ਹੈ। ਬਹੁਤ ਵਧੀਆ ਖਜ਼ੂਰਾਂ ਲੱਗੀਆਂ ਨੇ, ਤਕਰੀਬਨ 90 ਵਿਘਿਆਂ ਦਾ ਬਾਗ ਹੈ। ਰੂਹੀ ਆ, ਉੱਦਾਂ ਦਾ ਕੁਛ ਵੀ ਨਹੀਂ ਹੁੰਦਾ। ਸਾਡੇ ਜਿਹੜੇ ਇੱਥੇ ਇਸ ਬਾਗ ਦੀ ਦੇਖ ਰੇਖ ਕਰਦੇ ਆ ਪੂਰਨ ਚੰਦ ਜੀ, ਉਹਨਾਂ ਨੇ ਦੱਸਿਆ ਕਿ ਇੱਥੇ ਤਾਂ 1 ਕੁਇੰਟਲ ਗਵਾਰਾ ਨਹੀਂ ਸੀ ਹੁੰਦਾ, ਪਰ ਹੁਣ ਇੱਥੇ ਜਿਹੜਾ ਬਾਗ ਇਹਨਾਂ ਨੇ ਜੋਧਪੁਰ ਤੋਂ ਲਿਆ ਕੇ ਜਿਹੜੇ ਖਜੂਰਾਂ ਇੱਥੇ ਲਾਈਆਂ ਨੇ, 11 ਸਾਲ ਦਾ ਹੋ ਗਿਆ ਬੂਟਾ। 11 ਸਾਲ ਪਹਿਲਾਂ ਲਾਇਆ ਸੀਗਾ ਅਤੇ ਪਹਿਲੇ ਸਾਲ, ਤੀਸਰੇ ਕੁ ਸਾਲ ਇਹਨੂੰ ਫਲ ਲੱਗਣ ਲੱਗ ਜਾਂਦਾ। ਤੀਸਰੇ ਸਾਲ ਜਿਹੜਾ ਫਲ ਲੱਗਦਾ 10 ਤੋਂ 15 ਕਿਲੋ ਦੇ ਕਰੀਬ, ਫਿਰ ਅਗਲੇ ਸਾਲ 30 ਤੋਂ 35 ਕਿਲੋ, ਫਿਰ 50 ਕਿਲੋ ਤੱਕ। ਹੁਣ ਜਿਵੇਂ 10ਵੇਂ 11ਵੇਂ ਸਾਲ 'ਚ ਇਹਨੂੰ 1 ਕੁਇੰਟਲ ਦੇ ਕਰੀਬ ਜਿਹੜਾ ਫਲ ਹੈ ਉਹ ਲੱਗ ਜਾਂਦਾ। ਇੱਥੋਂ ਖੇਤ ਦੇ ਵਿੱਚੋਂ ਹੀ ਇਹਨਾਂ ਕੋਲੋਂ ਜਿਹੜੇ ਲੋਕ ਵੇਚਣ ਵਾਸਤੇ ਲੈ ਜਾਂਦੇ ਆ, 90 ਰੁਪਏ 100 ਰੁਪਏ ਦੇ ਕਰੀਬ ਜਾ ਕੇ ਜਿਹੜਾ ਹੈਗਾ ਉਹ ਮਾਰਕੀਟ ਦੇ ਵਿੱਚ, ਫਿਰ 150 ਰੁਪਏ ਦੇ ਕਰੀਬ ਕਿਲੋ ਦੇ ਹਿਸਾਬ ਨਾਲ ਵੇਚਦੇ ਆ। ਇਹਨਾਂ ਨੇ ਦੱਸਿਆ ਕਿ ਪਹਿਲੀ ਵਾਰ ਇਹਨਾਂ ਦਾ ਜਿਹੜਾ ਮਾਲ ਹੈ ਬੰਗਲਾਦੇਸ਼ ਦੇ ਵਿੱਚ ਗਿਆ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਹੈ, ਕਿਉਂਕਿ ਜ਼ਮੀਨ ਸਾਡੀ ਮਾਂ ਆ, ਤਾਂ ਹੀ ਆਪਣੀ ਜ਼ਮੀਨ ਦੇ ਹੱਕਾਂ ਦੇ ਵਾਸਤੇ ਜਿਹੜਾ ਕਿਸਾਨ ਆ ਬਾਰਡਰਾਂ 'ਤੇ ਬੈਠਾ ਲੜਾਈ ਲੜ ਰਿਹਾ ਕਿ ਸਾਡੀ ਮਾਂ ਸਾਡੀ ਜ਼ਮੀਨ ਸਾਡੇ ਕੋਲ, ਅਤੇ ਜ਼ਮੀਨ ਭਾਵੇਂ ਇਹ ਮਾਰੂਥਲ ਦੀ ਵੀ ਹੋਵੇ ਉਹ ਵੀ ਉਪਜਾਊ ਆ, ਉਹ ਵੀ ਕੁਛ ਨਾ ਕੁਛ ਦਿੰਦੀ ਆ। ਹੁਣ ਜੇ ਇੱਥੇ ਰੇਤਲੀ ਜ਼ਮੀਨ ਆ, ਹੋਰ ਨਹੀਂ ਕੁਛ ਹੋ ਸਕਦਾ। ਅਤੇ ਦੇਖੋ ਖਜ਼ੂਰਾਂ ਦੇ ਬਾਗ ਜਿਹੜੇ ਲੱਗੇ, ਮੈਂ ਸਮਝਦਾ ਇਸ ਵੇਲੇ ਇਹਨਾਂ ਨੇ ਦੱਸਿਆ ਕਿ ਬੂਟਿਆਂ ਦੀ ਬੜੀ ਸ਼ੋਰਟੇਜ ਚੱਲ ਰਹੀ ਆ, ਬੂਟੇ ਜਿਹੜੇ ਆ ਉਹ ਮਿਲ ਨਹੀਂ ਰਹੇ, ਪਰ ਇਹਨਾਂ ਨੇ ਖੁਦ ਆਪਣੇ ਜਿਹੜੇ ਬੂਟੇ ਆ ਜੜ੍ਹਾਂ ਦੇ ਵਿੱਚੋਂ ਇੰਤ ਪੈਦਾ ਹੋਏ ਆ, ਛੋਟੇ ਬੂਟੇ ਇਹਨਾਂ ਨੇ 1 ਮੁਰੱਬੇ ਦੇ ਬੂਟੇ ਖੁਦ ਪੈਦਾ ਕਰ ਲਏ ਆ। ਸੋ ਇਹ ਜਿਹੜਾ ਬੂਟਾ ਹੈਗਾ 3500 ਰੁਪਏ ਦੇ ਕਰੀਬ 1 ਬੂਟਾ ਹੁੰਦਾ, ਪਰ ਰਾਜਸਥਾਨ ਦੇ ਵਿੱਚ ਇਹਦੀ ਸਬਸਿਡੀ ਮਿਲਦੀ ਆ ਅਤੇ 1000 ਰੁਪਏ ਦੇ ਕਰੀਬ ਜਿਹੜਾ ਬੂਟਾ ਪੈਂਦਾ। ਅਤੇ ਇਹ 1 ਕਿੱਲੇ ਦੇ ਵਿੱਚ ਜੇ ਆਪਾਂ 8 ਕਨਾਲਾਂ ਦਾ ਕਿੱਲਾ ਗਿਣਦੇ ਹਾਂ ਤਾਂ ਉਹਦੇ ਵਿੱਚ 60 ਦੇ ਕਰੀਬ ਜਿਹੜੇ ਬੂਟੇ ਆ ਲੱਗ ਜਾਂਦੇ ਆ, ਤਕਰੀਬਨ 25x25 ਫੁੱਟ ਦੀ ਦੂਰੀ ਦੇ ਉੱਤੇ ਜਿਹੜਾ ਬੂਟਾ। ਦੇਖੋ ਤੁਸੀਂ ਕਿੱਡਾ ਸੋਹਣਾ ਫਲ ਹੈ। ਬਸ ਹੁਣ ਇਹ 10 ਕੁ ਦਿਨਾਂ ਨੂੰ ਜਿਹੜਾ ਹੈਗਾ, 15 ਦਿਨਾਂ ਨੂੰ ਇਹ ਟੁੱਟਣ ਲੱਗ ਜਾਣਾ। ਇਸ ਵੇਲੇ ਵੀ ਵਿੱਚ ਕੋਈ ਜਿਹੜਾ ਹੈਗਾ ਇਹ ਪੱਕਿਆ ਹੋਇਆ ਲੱਗਿਆ ਹੋਇਆ, ਬਹੁਤ ਮਿੱਠੇ ਹੁੰਦੇ ਆ। ਤਕਰੀਬਨ 20-25 ਦਿਨ ਇਹ ਦਰਖਤ 'ਤੇ ਰਹਿੰਦੇ ਆ। ਇਹਨੂੰ ਫਿਰ ਫਰਿੱਜਾਂ ਦੇ ਵਿੱਚ ਰੱਖ ਕੇ ਦੂਰ ਤੱਕ ਇਹ ਸਪਲਾਈ ਕਰਦੇ। ਜੇਕਰ ਇਹ 1 ਮਹੀਨੇ ਤੋਂ ਵੱਧ ਦਰਖਤ ਦੇ ਉੱਤੇ ਰਹਿ ਜਾਵੇ ਤਾਂ ਗਿਟਕਾਂ ਹੀ ਰਹਿ ਜਾਂਦੀਆਂ, ਜਿਹੜਾ ਫਲ ਆ ਗੁੱਦਾ ਇਹ ਹੇਠਾਂ ਝੜ ਜਾਂਦਾ। ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਕਿਸਾਨੀ ਝੋਨੇ ਅਤੇ ਕਣਕ ਦੀਆਂ ਆਪਾਂ ਫਸਲਾਂ ਲੈ ਰਹੇ, ਔਰ ਦੂਸਰਾ ਇਹ ਵੀ ਆ ਕਿ ਇਹ ਜਿਹੜਾ ਬੂਟਾ ਇਹ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਹੋ ਜਾਂਦਾ। ਜ਼ਰੂਰੀ ਨਹੀਂ ਕਿ ਰੇਤਲੀ ਜ਼ਮੀਨ ਦੇ ਵਿੱਚ ਹੀ ਹੋਵੇ, ਇਹ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਇਹ ਬੂਟਾ ਹੋ ਜਾਂਦਾ। ਨਹਿਰੀ ਪਾਣੀ ਹੋਵੇ ਤਾਂ ਹੋਰ ਵਧੀਆ, ਦੇਸੀ ਘਿਓ ਵਾਂਗੂ ਲੱਗਦਾ ਇਹਨੂੰ। ਨਹਿਰੀ ਪਾਣੀ ਜਿਹੜਾ ਹੈ ਜਿਵੇਂ ਬੰਦੇ ਨੂੰ ਦੇਸੀ ਘਿਓ ਲੱਗਦਾ, ਵੈਸੇ ਹੁਣ ਡਾਕਟਰ ਦੇਸੀ ਘਿਓ ਬੰਦ ਕਰੀ ਜਾਂਦੇ ਆ, ਪਰ ਦੇਸੀ ਘਿਓ ਫਿਰ ਵੀ ਦੇਸੀ ਹੁੰਦਾ। ਇਸੇ ਤਰ੍ਹਾਂ ਨਹਿਰ ਦਾ ਪਾਣੀ ਜਿਹੜਾ ਉਹ ਇਹਦੇ ਵਾਸਤੇ ਬੜਾ ਗੁਣਕਾਰੀ ਆ ਇਹਨਾਂ ਬੂਟਿਆਂ ਦੇ ਵਾਸਤੇ। ਸੋ ਮੈਂ ਬੇਨਤੀ ਕਰੂੰ ਕਿ ਜੇ ਬੂਟੇ ਉਪਲਬਧ ਹੋਣ ਅਤੇ ਅਸੀਂ ਜੇ 1 ਕਿੱਲਾ 2 ਕਿੱਲੇ ਵੀ ਇਹਦੀ ਖੇਤੀ ਲਾਈਏ, ਅਤੇ ਜੇ 1 ਕਿੱਲੇ ਦੇ ਵਿੱਚ 60 ਦੇ ਕਰੀਬ ਬੂਟੇ ਲੱਗਦੇ ਆ, ਤਾਂ ਪਹਿਲੇ ਸਾਲ 1000-1500 ਰੁਪਏ ਦਾ ਫਲ ਜਿਹੜਾ ਨਿਕਲਦਾ, ਫਿਰ ਦੂਸਰੇ ਸਾਲ ਜਿਹੜਾ 3000-4000 ਦਾ ਫਲ। ਜੇ 1 ਕੁਇੰਟਲ ਦਾ ਫਲ 10ਵੇਂ ਸਾਲ ਇਹਨੂੰ ਲੱਗਦਾ, ਤਾਂ ਸਮਝੋ 1 ਬੂਟਾ 10000 ਰੁਪਏ ਦਾ ਫਲ ਜਿਹੜਾ ਉਹ ਦਿੰਦਾ। ਸੋ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਇਹਦੇ ਉੱਪਰ, ਪਰ ਦੇਖਭਾਲ ਜ਼ਰੂਰੀ ਆ, ਹਰ ਚੀਜ਼ ਦੀ ਦੇਖਭਾਲ ਜ਼ਰੂਰੀ ਆ ਸਾਨੂੰ। ਅਤੇ ਜਿਹੜਾ ਖਜੂਰਾਂ ਦੇ ਬਾਗ ਹੈ, ਬਰਈ ਕਿਸਮ ਦੇ ਬੂਟੇ ਜਿਹੜੇ ਆ, ਬਰਈ ਕਈ ਤਰ੍ਹਾਂ ਦੀਆਂ ਇਹਦੀਆਂ ਵਰਾਇਟੀਆਂ ਨੇ, ਨਸਲਾਂ ਨੇ, ਪਰ ਇਹ ਜਿਹੜੇ ਬੂਟੇ ਲੱਗੇ ਹੋਏ ਆ ਬਰਈ ਕਿਸਮ ਦੇ ਬੂਟੇ ਜਿਹੜੇ ਇਹਨਾਂ ਨੇ ਸਾਨੂੰ ਦੱਸਿਆ ਲੱਗੇ ਆ। ਸੋ ਇੱਥੇ ਅਸੀਂ ਹਰੀਪੁਰਾ ਨਗਰ ਦੇ ਵਿੱਚ ਆਏ ਸੀ, ਜਿੱਥੇ ਪਿਛਲੇ ਦਿਨੀ ਤੁਹਾਨੂੰ ਪਤਾ ਕਿ ਗੁਰੂ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਗਏ ਸੀ ਗੁਰਦੁਆਰਾ ਸਾਹਿਬ, ਤਾਂ ਉੱਥੇ ਆਏ ਸੀ ਅਤੇ ਉੱਥੇ ਇਹ ਪਿੰਡ ਦੇ ਬਾਹਰ ਬਾਹਰ ਜਿਹੜੇ ਖੇਤ ਆ, ਸੋ ਖੇਤਾਂ ਦੇ ਵਿੱਚ ਇਹ ਖਜੂਰਾਂ ਵੇਖਣ ਵਾਸਤੇ ਅਸੀਂ ਆਏ ਹਾਂ, ਖਜੂਰਾਂ ਦੇ ਦਰਖਤ। ਸੋ ਬਹੁਤ ਹੀ ਵਧੀਆ ਜਿਹੜੀ ਖਜੂਰਾਂ ਦੀ ਖੇਤੀ ਹੋ ਰਹੀ ਆ। ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜੇ ਹੋ ਸਕੇ ਸਾਨੂੰ ਇੱਦਾਂ ਜਿਹੜੇ ਫਸਲਾਂ ਦੇ ਬਦਲਵੇਂ ਪ੍ਰਬੰਧ, ਜਿੱਥੇ ਹੋਰ ਤਰ੍ਹਾਂ ਦੀ ਆਪਾਂ ਹੋਰ ਫਸਲਾਂ ਵੀ ਲਾ ਸਕਦੇ ਹਾਂ, ਉੱਥੇ ਆ ਖਜੂਰਾਂ ਦੇ ਬਾਗ ਜਿਹੜੇ ਵਧੀਆ ਕਿਸਮ ਦੇ ਆਪਾਂ ਜਿਹੜੇ ਆ ਲਗਾ ਸਕਦੇ, ਇਹਦੇ ਨਾਲ ਕਿਸਾਨ ਨੂੰ ਵੀ ਮੁਨਾਫਾ ਹੋਊਗਾ ਅਤੇ ਇਹਦੀ ਮੰਗ ਜਿਹੜੀ ਹੈ ਇਸ ਫਲ ਦੀ, ਤਕਰੀਬਨ ਜਦੋਂ ਇਹ ਹੁਣ ਆਉਣੇ ਆ 1 ਮਹੀਨੇ ਦੇ ਵਿੱਚ, ਤਾਂ ਇਹਦੀ ਬੜੀ ਮੰਗ ਹੁੰਦੀ ਆ, ਬੜਾ ਮਾਰਕੀਟ ਦੇ ਵਿੱਚ ਜਿਹੜਾ ਥੋੜ੍ਹੇ ਕੁ ਦਿਨਾਂ 20-25 ਦਿਨਾਂ ਦੇ ਵਿੱਚ ਇਹ ਫਲ ਜਿਹੜਾ ਖਤਮ ਹੋ ਜਾਂਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।